ਤੁਸੀਂ ਜੋ ਸੁੱਟਣ ਵਾਲੇ ਛੋਟੇ ਛੋਟੇ ਖਿਡੌਣਿਆਂ ਤੋਂ ਬਹੁਤ ਹੀ ਖੂਬਸੂਰਤ ਘੁੰਮਦੀ ਹੋਈ ਡੋਲ ਬਣਾ ਸਕਦੇ ਹੋ। ਤੁਸੀਂ ਦੋ ਕਾਰਡਸ਼ੀਟ ਦੀਆਂ ਡਿਸਕ ਨੂੰ ਇੱਕ ਬੋਤਲ ਦੇ ਢੱਕਣ ਦੇ ਨਾਲ ਜੋੜ ਕੇ ਇੱਕ ਪੁਲੀ ਬਣਾ ਸਕਦੇ ਹੋ। ਅਜਿਹੀਆਂ ਦੋ ਪੁਲੀਆਂ ਬਣਾ ਲਵੋ, ਇੱਕ ਸਟਿੱਕ ਅਤੇ ਇੱਕ ਕਾਰਡਸ਼ੀਟ ਦੀ ਬਣੀ ਡੋਲ ਚਿਪਕਾ ਲਵੋ। ਇੱਕ ਪੁਰਾਣੀ ਪਲਾਸਟਿਕ ਦੀ ਬੋਤਲ ਤੋਂ ਪ੍ਰੋਪੈਲਰ ਬਣਾ ਲਵੋ। ਇਸ ਦੇ ਪੈਟਲਸ ਨੂੰ ਮੋੜੋ ਤਾਂ ਜੋ ਉਹ ਪੱਖੇ ਦੇ ਬਲੇਡਸ ਬਣ ਸਕਣ। ਇਸ ਦਾ ਤੱਲਾ ਇੱਕ ਸਖਤ ਕਾਰਡਸ਼ੀਟ ਹੈ। ਇਸ ਵਿੱਚ ਦੋ ਮੋਰੀਆਂ ਕਰੋ ਤਾਂ ਜੋ ਇਸ ਵਿੱਚ ਦੋ ਵਰਟੀਕਲ ਸਖਤ ਸਟਰੋ ਦੇ ਟੁਕੜੇ ਬੀਅਰਿੰਗ ਦੇ ਤੌਰ 'ਤੇ ਪਾਏ ਜਾ ਸਕਣ। ਇਸ 'ਤੇ ਇੱਕ 'ਤੇ ਡੋਲ ਚਿਪਕਾਓ ਅਤੇ ਦੂਜੇ 'ਤੇ ਪੱਖਾ। ਕਾਰਡਬੋਰਡ ਦੇ ਥੱਲੇ ਇੱਕ ਲਿਡ ਪੁਲੀ ਚਿਪਕਾਓ। ਦੋਨੋਂ ਪੁਲੀਸ ਨੂੰ ਇੱਕ ਇਲਾਸਟਿਕ ਦੇ ਬੈਂਡ ਦੇ ਨਾਲ ਜੋੜ ਦਿਓ। ਕਾਰਡਬੋਰਡ ਦਾ ਥੱਲਾ ਹੁਣ ਚਾਰ ਸਟਿੱਕ ਡੰਡੀਆਂ ਦੀਆਂ ਲੱਤਾਂ ਦੇ ਨਾਲ ਮਾਊਂਟਡ ਹੋਵੇਗਾ। ਇਹ ਅਖੀਰੀ ਅਸੈਂਬਲੀ ਹੈ। ਇਸ ਖਿਡੌਣੇ ਨੂੰ ਇੱਕ ਛੱਤ ਦੇ ਪੱਖੇ ਥੱਲੇ ਰੱਖੋ। ਇਹ ਡੋਲ ਨੂੰ ਘੁਮਾਵੇਗਾ। ਇਸ ਮਜ਼ੇਦਾਰ ਖਿਡੌਣੇ ਨੂੰ ਬੱਚੇ ਬਹੁਤ ਪਸੰਦ ਕਰਨਗੇ।